ਪ੍ਰੋਫਾਈਲ ਕੀ ਸੀਗੀ? 16 ਦੇ ਵਿੱਚ ਪਾਸ ਆਊਟ ਸੀ ਸਰ, ਮੈਂ ਪਲੱਸ 2 66% ਮਾਰਕਸ ਸੀਗੇ ਮੇਰੇ ਮੈਡੀਕਲ 'ਚ। ਅਤੇ 16 ਤੋਂ ਬਾਅਦ ਕੀ ਕੀਤਾ ਤੁਸੀਂ? ਉਸ ਤੋਂ ਬਾਅਦ ਦਾ ਸਰ ਗੈਪ ਸੀਗਾ ਮੇਰਾ, ਅਤੇ ਹੁਣ ਮੈਂ ਉਹ ਆਈਲੈਟਸ ਕੀਤੀ ਸੀਗੀ, 6.5 ਬੈਂਡ ਸੀ, ਇੱਕ 'ਚ 5.5 ਸੀਗੇ। ਉਹ ਗੈਪ ਕਿਵੇਂ ਕਵਰ ਕੀਤਾ ਸੀ ਫਾਈਲ 'ਚ ਆਪਾਂ? ਸਰ SOP 'ਚ ਮੈਂਸ਼ਨ ਕੀਤਾ ਸੀਗਾ ਸਾਰਾ, ਬਹੁਤ ਵਧੀਆ ਸੀਗੀ ਉਹ ਤਾਂ ਲਿਖੀ ਹੋਈ। ਠੀਕ ਹੈ, ਅਤੇ ਉਹ ਕੋਈ ਡਾਕੂਮੈਂਟ ਵਗੈਰਾ ਤਾਂ ਨਹੀਂ ਲਾਇਆ ਆਪਾਂ? ਨਹੀਂ ਨਹੀਂ ਸਰ, ਕੁਛ ਨਹੀਂ ਸੀਗਾ, ਬਸ ਇਕੱਲੇ ਹੀ ਸੀਗੇ। ਠੀਕ ਹੈ, SOP 'ਚ ਲਿਖਿਆ ਸੀ ਸਾਰਾ। ਠੀਕ ਹੈ, ਤੇ ਵੀਜ਼ਾ ਆ ਗਿਆ ਸੀ ਤੁਹਾਡਾ? ਹਾਏ ਹਾਏ, ਥੈਂਕ ਯੂ ਸਰ ਸੋ ਮਚ ਸਰ, ਮੇਰੀ ਧੜਕਨ ਇੰਨੀ ਤੇਜ਼ ਹੋਈ ਪਈ ਹੈ ਤੁਹਾਡਾ ਫੋਨ ਆਇਆ ਤੇ। ਅੱਛਾ, ਠੀਕ ਹੈ, ਵਧਾਈਆਂ ਤੁਹਾਨੂੰ ਬਹੁਤ ਬਹੁਤ। ਥੈਂਕ ਯੂ ਸਰ ਸੋ ਮਚ, ਥੈਂਕ ਯੂ ਸਰ, ਬਾਬਾ ਦੀਪ ਸਿੰਘ ਜੀ ਨੇ ਅੱਜ ਮੇਰੇ ਤੇ ਬਹੁਤ ਕਿਰਪਾ ਕਰਤੀ। ਨਹੀਂ ਚਲੋ ਠੀਕ ਹੈ, ਗੁਰੂ ਸਾਹਿਬ ਸਾਰਿਆਂ ਦੇ ਕਿਰਪਾ। ਬਾਬਾ ਜੀ ਬਹੁਤ ਬਹੁਤ ਮੈਨੂੰ ਆਸ ਸੀਗੀ ਵੀ ਤੁਹਾਡੇ ਤੇ ਮੇਰੇ ਆ ਕੇ ਸੁਪਨਾ ਪੂਰਾ ਹੋਊਗਾ। ਨਹੀਂ ਚਲੋ, ਸ਼ੁਕਰੀਆ ਜੀ ਤੁਹਾਡਾ, ਤੁਸੀਂ ਵਿਸ਼ਵਾਸ ਕੀਤਾ ਨਾ। ਥੈਂਕ ਯੂ ਸਰ, ਮੈਨੂੰ ਪਤਾ ਨਹੀਂ ਲੱਗਾ ਮੈਂ ਤੁਹਾਡਾ ਕਿਵੇਂ ਧੰਨਵਾਦ ਕਰਾਂ। ਨਹੀਂ ਚਲੋ ਕੋਈ ਨਹੀਂ, ਗੁਰੂ ਸਾਹਿਬ ਦਾ ਧੰਨਵਾਦ ਕਰੋ, ਆਪਣਾ ਤਾਂ ਚਲੋ ਡਿਊਟੀ ਲੱਗੀ ਆਪਾਂ ਕਰੀ ਜਾਂਦੇ ਹਾਂ। ਹਾਂਜੀ ਸਰ, ਮੈਂ ਤਾਂ ਬਾਬਾ ਦੀਪ ਸਿੰਘ ਜੀ ਨੂੰ ਰੋਜ਼ ਸਵੇਰੇ ਅਰਦਾਸ ਕਰਦੀ ਸੀ, ਬਾਬਾ ਜੀ ਮੈਂ ਤੁਹਾਡੇ ਮੂਹਰੇ ਝੋਲੀ ਅੱਡੀਏ, ਤੁਸੀਂ ਆਪਣੀ ਬੱਚੀ ਦੀ ਖੁਸ਼ੀਆਂ ਨਾ ਭਰਿਓ। ਹਾਂਜੀ ਹਾਂਜੀ ਹਾਂਜੀ, ਨਹੀਂ ਚਲੋ, ਥੈਂਕ ਯੂ ਸਰ, ਥੈਂਕ ਯੂ ਸੋ ਮਚ। ਨੋ ਪ੍ਰੋਬਲਮ ਜੀ, ਵਧਾਈਆਂ ਬਹੁਤ ਬਹੁਤ। ਥੈਂਕ ਯੂ ਸਰ।